ਮਾਝਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕਿਸਾਨਾਂ ਨੂੰ ਦਿੱਲੀ ਮੋਰਚੇ 'ਤੇ ਜਾਣ ਲਈ ਪਿੰਡ-ਪਿੰਡ ਜਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਦੇ ਤਹਿਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਹਰ ਰੋਜ਼ ਗੁਰਦਾਸਪੁਰ ਜ਼ਿਲ੍ਹੇ ਦੇ ਪੰਜ ਪਿੰਡਾਂ ਵਿੱਚ ਜਾਗੋ ਕੱਢੀ ਜਾ ਰਹੀ ਹੈ। ਜਿਸ ਦਾ ਮਕਸਦ ਕਿਸਾਨਾਂ ਨੂੰ ਲਾਮਬੰਦ ਕਰਕੇ ਦਿੱਲੀ ਮੋਰਚੇ 'ਤੇ ਲਿਜਾਣਾ ਅਤੇ ਕਿਸਾਨੀ ਮੋਰਚੇ ਨੂੰ ਹੋਰ ਵੀ ਮਜ਼ਬੂਤ ਕਰਨਾ ਹੈ। ਇਸ ਸੰਬੰਧੀ ਕਿਸਾਨ ਆਗੂਆਂ ਨੇ ਕਿਹਾ ਕਿ ਉਹਨਾਂ ਵੱਲੋਂ ਕਿਸਾਨ ਜਾਗੂ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਉਹਨਾਂ ਵੱਲੋਂ ਹਰ ਰੋਜ਼ ਪੰਜ ਪਿੰਡਾਂ ਵਿੱਚ ਜਾਗੂ ਕੱਢੀ ਜਾਂਦੀ ਹੈ ਤੇ 호ਕਾ ਦਿੱਤਾ ਜਾਂਦਾ ਹੈ। ਕਿ ਕਿਸਾਨਾਂ ਨੂੰ ਜਾਗੂ ਤੇ ਦਿੱਲੀ ਮੋਚੇ 'ਚ ਜਾ ਕੇ ਕਿਸਾਨ ਸੰਘਰਸ਼ ਨੂੰ ਹੋਰ ਮਜ਼ਬੂਤ ਬਣਾਓ। ਉਹਨਾਂ ਵੱਲੋਂ 200 ਪਿੰਡਾਂ ਵਿੱਚ ਇਹ ਜਾਗੂ ਲਿਜਾਈ ਜਾਵੇਗੀ ਤੇ ਲੋਕਾਂ ਨੂੰ ਲਾਭਮੰਦ ਕਰਕੇ ਦਿੱਲੀ ਮੋਚੇ ਨੂੰ ਮਜ਼ਬੂਤ ਕੀਤਾ ਜਾਵੇਗਾ। ਤੇ ਉਹ ਹਜ਼ਾਰਾਂ ਕਿਸਾਨਾਂ ਨੂੰ ਲੈ ਕੇ ਗੁਰਦਾਸਪੁਰ ਤੋਂ ਦਿੱਲੀ ਮੋਰਚੇ ਲਈ ਜਾਣਗੇ ਕਿਸਾਨ ਸੰਘਰਸ਼ ਨੂੰ ਲੈ ਕੇ ਕੇਂਦਰ ਸਰਕਾਰ ਦਾ ਜੋ ਰਵਈਆ ਨਜ਼ਰ ਆ ਰਿਹਾ ਹੈ ਉਸ ਤੋਂ ਸਿੱਖਿਆ ਲੈ ਕੇ ਦਿੱਲੀ ਮੋਰਚਾ 2024 ਤੱਕ ਜਾਰੀ ਰੱਖਿਆ ਜਾਵੇਗਾ ਕੇਂਦਰ ਸਰਕਾਰ ਜਦ ਤੱਕ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਦਿੰਦੀ ਉਦੋਂ ਤੱਕ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ ਤੇ ਇਸ ਦੇ ਨਾਲ ਹੀ ਕਿਸਾਨਾਂ ਨੂੰ ਇੱਕ ਹੋਰ ਨਾਰਾ ਦਿੱਤਾ ਗਿਆ ਹੈ ਕਿ 2024 ਤੱਕ ਦੇਸ਼ ਨੂੰ ਭਾਜਪਾ ਮੁਕਤ ਕਰਵਾਉਣਾ ਹੈ ਦੇਖਿਆ ਵੀ 6 ਮਹੀਨੇ ਲੰਘੇ ਆ ਸਰਕਾਰ ਦੇ ਕਰਨ ਤੇ ਜੂਹ ਨਹੀਂ ਸਰਕੀ ਕਿਉਂਕਿ ਦੇਸ਼ ਦਾ ਜਿਹੜਾ ਦੇਸ਼ ਦੀ ਕਿਸਮਤ ਮਾਰੀ ਆ ਫਰੇਬ ਜੀ ਵੀ ਪ੍ਰਧਾਨ ਮੰਤਰੀ ਬਣ ਗਿਆ ਜਿਨੇ ਇੱਕੋ ਹੀ ਰੱਖਿਆ ਵੀ ਝੂਠ ਬੋਲਣਾ ਤੇ ਹਰ ਵੇਲੇ ਜਿਹੜਾ ਆ ਜਨਤਾ ਦੇ ਨਾਲ ਫਰੇਬ ਕਰਨਾ ਆ ਉਹ ਇਸ ਕਰਕੇ ਅਸੀਂ ਉਹਦੇ ਉੱਤੇ ਪ੍ਰੈਸ਼ਰ ਬਣਾਉਣ ਵਾਸਤੇ ਤੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਕਿ ਦੁਬਾਰਾ ਅਸੀਂ ਇਹ ਦੁਬਾਰਾ ਗਲਤੀ ਵੀ ਨਾ ਕਰ ਬਈਏ ਕਿਉਂਕਿ ਸਾਨੂੰ ਹੁਣ ਲੱਗਦਾ ਇੰਜ ਕਿ ਬੀਜੇਪੀ ਮੁਕਤ ਭਾਰਤ ਜਿਹੜਾ ਆ ਉਹ ਸਾਡਾ ਸੁਪਨਾ ਕਿਸਾਨਾਂ ਦਾ ਹੋਊਗਾ ਜਿੰਨਾ ਚਿਰ ਤੱਕ ਅਸੀਂ ਬੀਜੇਪੀ ਮੁਕਤ ਭਾਰਤ ਨਹੀਂ ਕਰ ਲੈਂਦੇ ਉਹਨਾਂ ਚਿਰ ਤੱਕ ਜਿਹੜਾ ਆ ਸਾਡੀਆਂ ਇਹ ਗਲੋਆਂ-ਗਲਾਵਾਂ ਨਹੀਂ ਲੱਥਣਾ ਤੇ ਕਿਸਾਨਾਂ ਨੇ ਬਹੁਤ ਮਿਹਨਤ ਕਰਕੇ ਤੇ ਲੋਕਾਂ ਦੇ ਨਾਲ ਸਹਿਯੋਗ ਕਰਕੇ ਜਿੱਦਾਂ ਮਜ਼ਦੂਰ ਭਰਾ ਸਹਿਯੋਗ ਦੇ ਰਹੇ ਆ ਅੱਜ ਦੀ ਵੇਖ ਰਹੇ ਹੋ ਫਿਰ 1 ਵਜ ਗਿਆ ਦੁਪਹਿਰ ਦਾ ਤੇ ਫਿਰ ਵੀ ਇੰਨੀ ਦੁਨੀਆ ਤੇ ਸਾਡੇ ਕੋਲ ਇੱਕ ਪਿੰਡ ਕੋ ਮਨਕਲਾ ਜਿਹੜ ਅੱਜ ਅਸੀਂ ਹੋਰ ਕੱਢਣਾ ਹੈ 2:30 ਤੱਕ ਜਾਵਾਂਗੇ ਲੋਕਾਂ ਨੂੰ ਜਾਗਰੂਕ ਕਰਕੇ ਪਹਿਲਾਂ ਤੇ ਜਦੋਂ ਕਿਸਾਨਾਂ ਦਾ ਸੰਯੁਕਤ ਮੋਰਚੇ ਵੱਲੋਂ ਕੋਈ ਵੱਡਾ ਸੱਦਾ ਆਵੇਗਾ ਉਦੋਂ ਤੇ ਅਸੀਂ ਸੈਂਕੜਿਆਂ ਦੀ ਟਰਾਲੀ ਦਾਦ ਵਿੱਚ ਗੱਡੀਆਂ ਭੇਜਾਂਗੇ ਇੱਥੋਂ ਨਹੀਂ ਤੇ ਅਸੀਂ ਇਹ ਪ੍ਰੋਗਰਾਮ ਇੱਕ ਹੋਰ ਵੀ ਲਿਖਿਆ ਕਿ ਹਰ ਹਫ਼ਤੇ 10-12 10-12 ਗੱਡੀਆਂ ਜਿਹੜੀਆਂ ਨੇ ਦਿੱਲੀ ਜਿਹੜੀਆਂ ਨੇ ਪਹੁੰਚਾਈਆਂ ਜਾਣ ਕਿਉਂਕਿ ਸਾਡਾ ਜਿਹੜਾ ਕਾਫਲਾ ਚੱਲਦਾ ਵੀ ਰਵੇ ਤੇ ਲੋਕਾਂ ਦਾ ਕੰਮ ਵੀ ਚੱਲਦਾ ਰਹੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਦੇਸ਼ ਦੀ ਸਰਕਾਰ ਤੇ ਜਿਹੜੇ ਝੂਠ ਬੋਲਦੀ ਆ ਪ੍ਰੇਮਜੀਵੀ ਪ੍ਰਧਾਨ ਮੰਤਰੀ ਆ ਜਿਹੜਾ ਕਿਸਾਨਾਂ ਨੂੰ ਝੂਠ ਜੀ ਕਹਿੰਦਾ ਸੀਗਾ ਉਹ ਆਪ ਫਰੇਵ ਜੀ ਵੀ ਪ੍ਰਧਾਨ ਮੰਤਰੀ ਆ ਉਹਦੇ ਝੂਠ ਨੂੰ ਨੰਗਿਆ ਕਰਨ ਵਾਸਤੇ ਜਿਹੜਾ ਸੰਯੁਕਤ ਕਿਸਾਨ ਮੋਰਚੇ ਨੇ ਉਹ ਜਿਹੜਾ ਕਹਿੰਦੇ ਸੀਗੇ ਵੀ ਅਸੀਂ ਕਿਸਾਨ ਗੱਲ ਨਹੀਂ ਕਰਦੇ ਉਹਦੇ ਨਾਲ ਇੱਕਠੀ ਲਿਖ ਕੇ ਦੁਬਾਰਾ ਉਹ ਜਿਹੜੇ ਗੇਂਦ ਆ ਉਹਨਾਂ ਦੇ ਪਾਲੇ ਚੁੱਟੀਆਂ ਹੁਣ ਜਦੋਂ ਜਵਾਬ ਦੇਊਗਾ ਉਹਦੇ ਜਵਾਬ ਦੇ ਟਾਕਰੇ ਵਾਸਤੇ ਅਸੀਂ ਜਿਹੜਾ ਆ ਲਗਾਤਾਰ ਜਿਹੜਾ ਸੰਘਰਸ਼ ਕਰਦੇ ਰਵਾਂਗੇ